ਪਤਾ ਨਾ ਦੂਜੇ ਦਾ ਹਾਲ ਕਿੱਦਾਂ ਹੁੰਦਾ ਸ਼ਾਮ ਨੂੰ, ਇਸ ਤਰ੍ਹਾਂ ਕਰਕੇ ਵੇਖਣਾ ਕੋਈ ਦਾਣਾ ਲੱਭ ਜੇ ਕਣਕ ਦਾ, ਕੋਈ ਚਣਿਆਂ ਦਾ, ਕੋਈ ਟੁੱਕਰ ਦਾ, ਪੂਰਾ ਕੋਈ ਸ਼ਹਿਰ ਦਾ। ਅੱਛਾ, ਏਦਾਂ ਮੂੰਹ ਚਿਪ ਚਿਪ ਸੋਨੇ ਦੇ ਕੰਗਣ ਦਿੱਤੇ? ਨਹੀਂ, ਚਾਂਦੀ ਦੇ। ਅੱਛਾ, ਚਾਂਦੀ ਦੇ। ਹਾਂ, ਤੇ ਉਹ ਸ਼ੇਰ ਗੁੜ ਦਿੱਤਾ, ਉਹਦੀ ਲੱਗ ਕਰਕੇ ਕਾਲਾ ਪਾਣੀ ਪਾ ਕੇ ਦਿਲ ਨੂੰ ਆਸਰਾ ਹੋ ਜਾਵੇ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅੱਲਾਹੁਮਾ ਸੱਲਿ ਅਲਾ ਮੁਹੰਮਦ ਵਅਲਾ ਆਲ ਮੁਹੰਮਦ ਵਬਾਰਿਕ ਵਸੱਲਿਮ। ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਤੇ ਆਪ ਦੀ ਆਲ ਤੇ ਆਪ ਦੇ ਸਹਾਬਾ ਤੇ। ਨਾਜ਼ਰੀਨ, ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਵੰਡ 47 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਤੇ ਅੱਜ ਤੁਹਾਡੀ ਇੱਕ ਅੰਮਾ ਜੀ ਹੋਰਾਂ ਨਾਲ ਮੁਲਾਕਾਤ ਕਰਵਾਵਾਂਗੇ ਜਿਨ੍ਹਾਂ ਨੇ ਵੰਡ 47 ਦੀ ਆਪਣੀ ਅੱਖੀਂ ਵੇਖੀ। ਆਓ ਜ਼ਰਾ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ। ਸਲਾਮ ਅਲੈਕੁਮ ਮਾਂ ਜੀ। ਵਾਲੇਕੁਮ ਸਲਾਮ। ਕੀ ਹਾਲ ਆ ਤੁਹਾਡਾ? ਬਿਮਾਰ ਜੀ ਆ। ਅੱਲਾ ਸਿਹਤ ਤੰਦਰੁਸਤੀ ਦੇ। ਤੇ ਨਾਂ ਕੀ ਆਪਣਾ? ਮੇਰਾ ਨਾਂ ਸ਼ਰੀਫਾ ਬੀਬੀ। ਸ਼ਰੀਫਾ ਬੀਬੀ, ਹਾਂਜੀ। ਅੱਛਾ, ਮਾਸ਼ਾਅੱਲਾ। ਤੇ ਜਦੋਂ ਵੰਡ ਪਈ ਹੈ 47 ਦੀ, ਹਾਂਜੀ, ਉਦੋਂ ਤੁਹਾਡੀ ਕਿੰਨੀ ਕੁ ਉਮਰ ਸੀ? ਉਮਰ ਹੈ ਸੀ ਮੁੰਡੇ ਜਿੱਡੀ ਹੈਗੀ ਸੀ। ਕਿੰਨੀ ਕੁ ਉਮਰ, ਅੰਦਾਜ਼ੇ ਨਾਲ ਉਮਰ ਦੱਸੋ ਕੁ ਹੋਣੀ ਹੈ? 14 ਸਾਲ, 15 ਸਾਲ? ਹਾਂ, ਹੈ 14-15 ਸਾਲ ਉਮਰ ਸੀ। ਹਾਂਜੀ। ਅੱਛਾ, ਤੇ ਉੱਥੇ ਕਿਹੜੀ ਜਗ੍ਹਾ 'ਤੇ ਰਹਿੰਦੇ ਸੀ? ਅਸੀਂ ਰਹਿੰਦੇ ਸੀਗੇ ਜ਼ਿਲ੍ਹਾ ਲੁਧਿਆਣਾ ਵੱਜਦਾ, ਤਹਿਸੀਲ ਜਗਰਾਵਾਂ ਅਤੇ ਬਾਬਾ। ਜ਼ਿਲ੍ਹਾ ਲੁਧਿਆਣਾ, ਤਹਿਸੀਲ? ਤਹਿਸੀਲ ਜਗਰਾਵਾਂ। ਜਗਰਾਵਾਂ, ਅੱਛਾ। ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਵਾਂ ਲੱਗਦੀ। ਅੱਛਾ, ਅਤੇ ਪਿੰਡ ਕਿਹੜਾ ਸੀ? ਪਿੰਡ ਉਹ ਜਗਰਾਵਾਂ ਸ਼ਹਿਰ ਸੀਗਾ, ਤਹਿਸੀਲ। ਅੱਛਾ, ਉੱਥੇ ਸ਼ਹਿਰ 'ਚ ਹੀ ਰਹਿੰਦੇ ਸੀ? ਸ਼ਹਿਰ 'ਚ ਰਹਿੰਦੇ ਸੀ, ਬਾਬਾ ਮੁੱਖ ਮਦੀਨ ਦੇ ਕੋਲ ਸੜਕ ਸੀ, ਨਾਲ ਹੈਗਾ ਸੀ ਕਿਲੇ ਵਾਲਾ ਖੂਹ। ਅੱਛਾ, ਕਿਲਾ ਬਣਿਆ ਸੀ ਪੁਰਾਣਿਆ ਬਾਦਸ਼ਾਹੀਆਂ ਦਾ। ਹਾਂ, ਉਹ ਵੀ ਸਾਡੇ ਕੋਲ ਸੀਗਾ। ਅੱਛਾ, ਤੇ ਤੁਸੀਂ ਕਿੰਨੇ ਭੈਣ ਭਰਾ ਜੇ? ਅਸੀਂ ਜੀ ਖਤਮ ਹੋ ਗਏ। ਹੈ ਕਿੰਨੇ ਸੀ? ਹੈ ਸੀਗੇ ਜੀ, ਦੋ ਭੈਣਾਂ ਸੀ। ਅੱਛਾ, ਦੋ ਭਰਾ ਸੀਗੇ। ਉਹ ਸਾਰੇ ਇੱਥੇ ਆਏ ਸੀ ਹਿਜਰਤ ਕਰਕੇ ਤੁਹਾਡੇ ਨਾਲ? ਸਾਡੇ ਨਾਲ ਮੇਰੇ ਭਾਜੀ ਦੋ ਜਿਹੜੇ ਸੀਗੇ ਉਹ ਆ ਗਏ ਸੀਗੇ। ਅੱਛਾ, ਤੇ ਵਾਲਦ ਸਾਹਿਬ ਦਾ ਕੀ ਨਾਂ ਤੁਹਾਡੇ? ਮੇਰੇ ਵਾਲਦ ਦੇ ਨਾਂ ਸੀਗੇ ਮੁਹੰਮਦ ਬਖਸ਼। ਮੁਹੰਮਦ ਬਖਸ਼। ਹਾਂ, ਤੇ ਉੱਥੇ ਤੁਸੀਂ ਲੁਧਿਆਣੇ ਰਹਿੰਦੇ ਸੀ? ਜਗਰਾਮ। ਜਗਰਾਮ, ਕੀ ਦੱਸਿਆ ਜਗ੍ਹਾ? ਬਾਬਾ ਮੁੱਖ ਮਦੀਨ। ਅੱਛਾ, ਉਹਦਾ ਦਰਬਾਰ ਵੱਡਾ ਸਾਰਾ ਸੀ, ਰੋਸ਼ਨੀ ਲੱਗਦੀ ਸੀ ਭਰਿਆ, ਬੰਦਿਆਂ ਨੂੰ ਪਤਾ ਹੈ। ਅੱਛਾ, ਬੜੀ ਵੱਡੀ ਸਾਰੀ। ਅੱਛਾ, ਤੇ ਉੱਥੇ ਰਹਿੰਦੇ ਸੀ ਤੁਸੀਂ? ਉੱਥੇ ਰਹਿੰਦੇ ਸੀ, ਜਿਵੇਂ ਆਹ ਸੜਕ ਆ ਨਾ, ਇਸ ਤਰ੍ਹਾਂ ਸਾਡੀ ਸੜਕ ਜਾਂਦੀ ਸੀ। ਤੇ ਤੁਹਾਡੇ ਆਂਢ ਗੁਆਂਢ ਜਿਹੜੇ ਤੁਹਾਡੇ ਗੁਆਂਢੀ ਸੀ, ਉਹ ਮੁਸਲਮਾਨ ਸੀ ਕਿ ਕੋਈ ਸਿੱਖ ਸੀ, ਕੌਣ ਸੀ? ਸਾਡੇ ਮੇਰੇ ਗੁਆਂਢ ਸੀਗਾ ਦੂਜਾ ਵੱਡਾ ਸਾਰਾ ਨਾ ਨਹਿਰ ਬਾਬੂ ਸੀ। ਅੱਛਾ, ਨਹਿਰ ਬਾਬੂ ਦੀ ਕੋਠੀ ਨਾਲ ਲੱਗਦੀ ਸੀ। ਅੱਛਾ, ਇੱਧਰਲੇ ਪਾਸੇ ਸੀ ਜ਼ਮੀਨ ਵਾਹੀ ਹੋਈ। ਅੱਛਾ, ਇੱਧਰਲੇ ਪਾਸੇ ਸੀ ਬਾਬਾ ਕਿਲੇ ਵਾਲਾ ਕਿਲਾ। ਅੱਛਾ, ਉੱਚਾ। ਅੱਛਾ, ਇੱਧਰਲੇ ਪਾਸੇ ਬਸਤੀ ਮਹੱਲਾ ਬਣਿਆ ਸੀ। ਮਹੱਲਾ ਬਣਿਆ ਸੀ, ਉਹ ਮਹੱਲਾ ਕਾਹਦਾ ਸੀ? ਮੁਸਲਮਾਨਾਂ ਦਾ ਸੀ, ਕਿੰਨਾ ਦਾ ਸੀ? ਮੁਸਲਮਾਨ ਹੀ ਸਾਰੇ ਸੀ। ਅੱਛਾ, ਸਾਰੇ ਮੁਸਲਮਾਨ ਹੀ ਸੀ ਉੱਥੇ? ਕੋਈ ਸਿੱਖ ਵੀ ਰਹਿੰਦੇ ਸੀ ਤੁਹਾਡੇ ਲਾਗੇ, ਜਾਂ ਕੋਈ ਹਿੰਦੂ ਜਾਂ ਦੂਸਰੀਆਂ ਬਰਾਦਰੀਆਂ ਕੋਈ ਰਹਿੰਦਾ ਸੀ? ਨਹੀਂ। ਹਾਂ, ਸੜਕ ਦੇ ਨਾਲ ਹੈ ਸੀਗਾ ਬਾਬੇ ਮੁੱਖ ਮਦੀਨ ਦੇ ਨਾਲ ਕੰਡ ਲੱਗਦੀ ਸੀ ਸਿੱਖਾਂ ਦਾ ਘਰ, ਇਸ ਤਰ੍ਹਾਂ ਸੜਕ ਦੁਕਾਨਾਂ ਬਣੀਆਂ ਸੀਗੀਆਂ, ਮਿਸਤਰੀਆਂ ਦੀਆਂ ਮੰਜੇ ਬਣਾਉਂਦੇ ਸੀਗੇ, ਪੇਟੀਆਂ ਬਣਾਉਂਦੇ ਸੀਗੇ, ਉਹ ਰੋਡ ਬਾਬੂ ਦੀ ਉਹ ਬਣਾਈ ਸੀ ਲੈਣ ਕੋਠੀ ਬਣੀ ਸੀ। ਅੱਛਾ, ਤੇ ਤੁਹਾਡੇ ਅੱਬੂ ਕੀ ਕਰਦੇ ਸੀ ਉੱਥੇ? ਹਾਂ, ਸਾਡੇ ਜੀ ਅਸੀਂ ਮੇਰਾ ਬਾਪ ਪਹਿਲੀ ਗੱਲ 'ਚ ਤਾਂ ਸੀਗਾ ਫੌਜੀ। ਅੱਛਾ, ਉੱਥੇ ਫੌਜੀ ਸੀ ਪਿਛਲੇ ਹਿੰਦੁਸਤਾਨ 'ਚ? ਹਾਂ, ਅਤੇ ਫਿਰ ਜੀ
ਆਪਣਾ ਕਾਰੋਬਾਰ ਮਿਹਨਤ ਮੁਹਨਤ ਕਰਦੇ ਰਹੇ ਹੈਗੇ, ਕੋਈ ਇੱਟਾਂ ਵੀ ਕੱਢ ਲਓ, ਦਾਣੇ ਵੀ ਬੁਣਦੇ ਰਹੇ ਆ, ਕਾਰੋਬਾਰ ਮਿਹਨਤ। ਉੱਥੇ ਤੁਸੀਂ, ਤੁਹਾਡੀ ਵਾਹਵਾ ਉਮਰ ਸੀ 14-15 ਸਾਲ, ਹਾਂਜੀ, ਤੇ ਤੁਸੀਂ ਉੱਥੇ, ਤੁਹਾਡੀਆਂ ਸਹੇਲੀਆਂ ਵੀ ਹੈਗੀਆਂ ਸੀ ਲਾਗੇ? ਸਹੇਲੀਆਂ ਹੈ ਸੀਗੀਆਂ। ਉਹਨਾਂ ਦੇ ਕਿਸੇ ਦੇ ਨਾਂ ਆਉਂਦੇ ਆ? ਹਿਜਰਤ ਕਰਕੇ ਆਏ ਜੇ, ਉਥੋਂ ਛੱਡ ਕੇ ਆਏ ਆ, ਤੁਹਾਡੇ ਨਾਲ 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 ਵਾਲੇ ਹਮਸਾਏ ਵੀ ਆ ਗਏ ਸੀ, ਕੱਲੇ ਹੀ ਆਏ ਸੀ ਤੁਸੀਂ? ਅਸੀਂ ਬਾਰ ਬਾਰ ਜਿਵੇਂ ਅੱਛਾ ਉੱਥੇ, ਹਾਂਜੀ ਟੋਭਾ ਸੀਗਾ ਇਧਰਲੇ ਪਾਸੇ, ਟੋਭਾ ਇਧਰ ਕਰਕੇ ਉਹ ਦਿੰਦੇ ਸੀਗੇ ਉਹ ਤੇ ਪਾਣੀ ਦਾ ਵੀ। ਅੱਛਾ, ਤੇ ਫਿਰ ਉੱਥੋਂ ਤੁਸੀਂ ਆਏ ਕਿਉਂ, ਛੱਡ ਕੇ ਕਿੱਦਾਂ ਆਏ? ਛੱਡ ਕੇ ਉੱਥੋਂ ਸਾਰੇ ਨੂੰ ਫਿਰ ਕੱਢਿਆ ਨਾ, ਸਾਨੂੰ ਪਹਿਲਾਂ ਜਿਹੜਾ ਕੱਢਿਆ ਸੀਗਾ, ਸਾਡਾ ਕੱਢ ਕੇ ਤਾਂ ਅਸੀਂ ਸਮਾਨ ਜਿਹੜਾ ਸੀ ਨਾ, ਸੰਦੂਕ ਵੱਡੇ ਵੱਡੇ ਲੱਕੜਾਂ ਦੇ, ਉਹ ਚੂੜੇ ਚਮਿਆਰ ਦਿੰਦੇ ਸਾਡੇ ਚੱਕਰੀ, ਪੇਟੀਆਂ ਮੰਜੇ ਸਭ ਉਹ ਚੱਕੀ ਜਾਂਦੇ ਸੀਗੇ। ਅੱਛਾ, ਅਸੀਂ ਬਾਹਰ ਬਾਹਰ ਸੀਗੇ ਤੇ ਬਾਹਰੋਂ ਫਿਰ ਤਾਂ ਪਿੰਡ ਦੇ ਵਿੱਚ ਵਿਚਾਰੇ ਕੀਤਾ। ਅੱਛਾ, ਬਹਿੰਦੀਆਂ ਇਸ ਤਰ੍ਹਾਂ ਦਾ ਸੜਕਾਂ ਦੇ ਨਾਲ ਕਾਲੇ ਕਾਲੇ ਸਿੱਖ, ਇੱਥੇ ਵੀ ਉਹਨਾਂ ਦੇ ਤਵੇ ਲੱਗੇ ਸੀ, ਸਿਰ ਤੇ ਵੀ ਤਵੇ ਲੱਗੇ ਸੀ, ਇੱਥੇ ਵੀ ਲੱਗੇ ਸੀ, ਕੱਛੇ ਤੇ ਫੇਰ ਤੁਸੀਂ ਉਥੋਂ ਕਿੰਨੇ ਕ ਲੋਕ ਸੀ ਜਦੋਂ ਚੱਲੇ ਆ ਉਥੋਂ? ਉਥੋਂ ਸ਼ਹਿਰ ਵਿੱਚ ਆ ਗਏ ਜਦੋਂ ਵੱਧਦੇ ਆ, ਤੇ ਫਿਰ ਇਕੱਠਾ ਕੀਤਾ ਸਾਰਿਆਂ ਨੂੰ। ਅੱਛਾ, ਸਾਰਿਆਂ ਨੂੰ ਇਕੱਠਿਆਂ ਕਰਕੇ ਮੁਸਲਮਾਨਾਂ ਨੂੰ ਬਈ ਸ਼ਹਿਰ ਵੇਲਾ ਕਰ ਦੂ। ਅੱਛਾ, ਐਲਾਨ ਕਰ ਦਿੱਤੇ। ਅੱਛਾ, ਉਹ ਫਿਰ ਸਾਰੇ ਆਪਾਂ ਆਪਣੀ ਜਾਨ ਚੱਕ ਕੇ ਜਾਵਾਂਗੇ। ਸਮਾਨ ਉੱਥੇ ਘਰਾਂ 'ਚ ਛੱਡ ਆਏ ਆਪਣਾ? ਆ ਕੋਈ ਸ਼ੇਖ ਦਾ ਵਾਲੇ ਨੇ ਜੇ, ਤੇ ਫਿਰ ਜੀ ਆ ਗਏ ਅਸੀਂ 2.5 ਮਹੀਨੇ। ਅੱਛਾ, ਕੰਪ ਬਣ ਗਿਆ। ਅੱਛਾ, ਕੰਪ ਬਣ ਗਏ ਸ਼ਹਿਰ 'ਚ, ਆ ਗਏ ਬਾਹਰ ਆ ਟਿੱਬੇ ਦੇ ਉੱਤੇ, ਉਹਦੇ ਆਹੀ ਸਾਉਣ ਭਾਦਰ ਦੇ ਦਿਨ ਹੋਣ ਤੇ ਭੁੰਜੇ ਪਏ, ਤੇ ਰਾਸ਼ਨ ਦਿੰਦੇ ਸੀਗੇ 2 ਸ਼ਟਾਕਾ। ਤੀਸਰੇ ਦਿਨ ਉਹ ਵੀ ਕੋਈ ਨਾ ਦਿੰਦੇ, ਤੇ ਪਤਾ ਨਾ ਦੂਜੇ ਦਾ ਹਾਰ ਕਿੱਦਾਂ ਹੁੰਦਾ ਸ਼ਾਮ ਨੂੰ, ਇਸ ਤਰ੍ਹਾਂ ਕਰਕੇ ਵੇਖਣਾ ਕੋਈ ਦਾਣਾ ਲੱਭ ਜੇ ਕਣਕ ਦਾ, ਕੋਈ ਚਣਿਆਂ ਦਾ ਟੁੱਕਰ ਦਾ ਪੂਰਾ ਕੋਈ ਸ਼ਾਇਦ। ਅੱਛਾ, ਏਦਾਂ ਉਹ ਚਿਪ ਚਿਪ ਕਰਦੇ ਸੀ, ਭੁੱਖ ਨਾਲ ਬੁਰੇ ਹਾਲ। ਹਾਂ, ਤੇ 2.5 ਮਹੀਨੇ ਅਸੀਂ ਭੁੱਖਾਂ ਤਸਤਾਂ ਕੱਟੀਆਂ ਸੀਗੀਆਂ। ਅੱਛਾ, ਇੱਕ ਮੇਰਾ ਚਾਚਾ ਉੱਥੇ ਫੌਤ ਹੋਇਆ, ਮੇਰਾ ਇੱਕ ਭਰਾ ਉੱਥੇ ਫੌਤ ਹੋ ਗਿਆ। ਉੱਥੇ ਕੈਂਪ 'ਚ ਹੀ? ਕੈਂਪ 'ਚ। ਉਹ ਕਿੱਦਾਂ ਫੌਤ ਹੋਏ, ਕੀ ਹੋਇਆ ਉਹਨਾਂ ਨੂੰ? ਚਾਚਾ ਜਿਹੜਾ ਕਹਿੰਦਾ ਬਰਾਡਾ ਸੀਗਾ, ਬੁਖਾਰ ਸੀ ਏਡਾ ਸੀਗਾ। ਤੇ ਭਰਾ ਵੀ ਤੁਹਾਡਾ ਇੱਕ ਫੌਤ ਹੋਇਆ? ਹਾਂ, ਉਹਨੂੰ ਕੀ ਹੋਇਆ ਸੀ? ਇਹੀ ਬੁਖਾਰ ਚੜੇ ਸੀਗੇ, ਵੀ ਖਾਣ ਪੀਣ ਨੂੰ ਸ਼ੈ ਨਾ ਲੱਭਣੀ ਕੋਈ ਨਾ, ਤੇ ਦਵਾਈ ਦਵੂਈ ਵੀ ਨਹੀਂ ਸੀ ਲੱਭਦੀ, ਦਵਾਈਆਂ ਠਮੋਆ ਦੀ। ਅਸੀਂ ਨਾ ਜੋੜਾ ਹੱਸੀਆਂ ਦਾ ਦਿੱਤਾ, ਇੱਕ ਕੰਗਣਾ ਦਾ ਦਿੱਤਾ, ਸਿਰ ਗੁੜ ਲਿਆ ਕਾਲਾ ਜਿਹਾ, ਪਾਣੀ ਬਣਾ ਕੇ ਪੀ ਲੈਣਾ ਉਹਦਾ, ਕਿਤੇ ਹਰ ਵਕਤ ਪੂਰਾ ਕਰ ਦੇਣਾ। ਅੱਛਾ, ਕੋਈ ਦਾਣਾ ਨਾ ਫੱਕਾ, ਕੋਈ ਸ਼ੇਖ ਦਾ ਵਾਲੀ ਨਹੀਂ ਲੱਭ। ਫਿਰ ਜਦੋਂ ਅਸੀਂ ਨਿਕਲੇ, ਮੇਰੇ ਬਾਪ ਨੂੰ ਬੁਖਾਰ ਚੜ ਗਿਆ, ਪੱਕੀ ਤੇ ਬਹਿ ਗਏ। ਅੱਛਾ,
ਆ ਗਏ ਫੌਜੀ ਸੀ ਅਖੇ ਚਲੋ ਮਤਲਬ ਅਸੀਂ ਆਖਿਆ ਮੈਂ ਅਸੀਂ ਨਹੀਂ ਛੱਡ ਕੇ ਜਾਣਾ ਮੈਂ ਆਪਣੇ ਪਿਓ ਨੂੰ ਨਹੀਂ ਛੱਡ ਆਖਿਆ ਤੁਸੀਂ ਸਾਡੀ ਮਾਵਾਂ ਭੈਣਾਂ ਇਹ ਜਿਹੜੇ ਬਿਮਾਰ ਆ ਬਿਮਾਰ ਔਖੇ ਨਾ ਹੋਣ ਵਿੱਚ ਬੈਠੇ ਅਤੇ ਵੱਖਰੇ ਤਾਲ ਜਾਂਦੇ ਤਗੜੇ ਇੱਕ ਪਾਸੇ ਜਾਂ ਅੱਛਾ ਜਿੰਨੇ ਜੀ ਆ ਉਹਨੇ ਸੀ ਵੱਖੋ ਵੱਖਰੇ ਅੱਛਾ ਜੀ ਨਾ ਜੀ ਕੋਈ ਨਹੀਂ ਅੱਛਾ ਇੱਦਾਂ ਹੀ ਫਿਰ ਤੁਰੇ ਜਾਂਦੇ ਜਾਂਦੇ ਕੋਈ ਲੜ ਗਏ ਕੋਈ ਕਿਧਰੇ ਚਲਿਆ ਗਿਆ ਕੋਈ ਕਿਧਰੇ ਚਲਿਆ ਗਿਆ ਇਸ ਬੜੇ ਵਖਤ ਕੱਢੇ ਬੜੀ ਗੱਲ ਨਸੀਬਤ ਆ ਕੱਢੀ ਆ ਰੱਬ ਨੇ ਬਥੇਰਾ ਦਿੱਤਾ ਸੀਗਾ ਅੱਛਾ ਜਦੋਂ ਫਿਰ ਦੁਨੀਆਂ ਦੇ ਨਾਲ ਤੁਸੀਂ ਉੱਥੋਂ ਚੱਲੇ ਕੌਣ ਸਾਰੇ ਭਰਾ ਅਤੇ ਸਾਰੀਆਂ ਭੈਣਾਂ ਨਾਲ ਮਾਂ ਪਿਓ ਸਾਰੇ ਹੀ ਸੀ ਜਦੋਂ ਚੱਲੇ ਉੱਥੋਂ ਕੈਂਪ ਚੋਂ ਹਾਂਜੀ ਅੱਛਾ ਤੇ ਫਿਰ ਰਾਜ ਇਕੱਠੇ ਹੀ ਆਏ ਕਿ ਵੱਖਰੇ ਵੱਖਰੇ ਗਾਫਲਾ ਨਹੀਂ ਹੁੰਦਾ ਹਾਂ ਗਾਫਲੇ ਦੇ ਵਿੱਚ ਕੋਈ ਗਾਂ ਕੋਈ ਪਿਛਾ ਇਸ ਤਰ੍ਹਾਂ ਅਤੇ ਮੇਰੀ ਤਾਏ ਦੀ ਉਹ ਵੀ ਸਿੱਖ ਫੜ ਕੇ ਲੈ ਗਏ ਸੀ ਤੁਹਾਡੇ ਤਾਏ ਦੀ ਨੂੰਹ ਨੂੰ ਹਾਂਜੀ ਉਹ ਕਿੱਦਾਂ ਉਹ ਕੋਈ ਪਿੱਛੇ ਜੇ ਰਹਿੰਦੇ ਜਿਵੇਂ ਟੱਪਰੇ ਵਾਸ ਨਹੀਂ ਜਾਂਦੇ ਹੁੰਦੇ ਕੋਈ ਗਾਹ ਅਤੇ ਕੋਈ ਪਿਛਾ ਅਤੇ ਉਹ ਫੜ ਕੇ ਫਿਰ ਮਿੰਟ ਦੀ ਲਿਆਉਂਦੀ ਦੇਖ ਕੇ ਹੈ ਫਿਰ ਫੌਜੀਆਂ ਨੇ ਲੈ ਕੇ ਆਏ ਸੀਗੇ ਪਿੱਛੋਂ ਜਿਹੜੇ ਰਹਿ ਗਈਆਂ ਸੀਗੀਆਂ ਨਾ ਧੀਆਂ ਭੈਣਾਂ ਅਤੇ ਉਹ ਫਿਰ ਤੁਹਾਡੀ ਉਹ ਤਾਏ ਦੀ ਨੂੰਹ ਜਿਹੜੀ ਸੀ ਉਹਨੂੰ ਲੈ ਆਉਂਦਾ ਸੀ ਦੁਬਾਰਾ ਫਿਰ ਫਿਰ ਫੌਜੀ ਲੈ ਕੇ ਆਏ ਆ ਨਾ ਕੱਢ ਕੇ ਘਰਾਂ ਦੇ ਵਿੱਚੋਂ ਅੱਛਾ 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 ਰਾਜ ਫਿਰ ਬੜੀਆਂ ਮੁਸ਼ਕਲਾਂ ਆਈਆਂ ਬੜੀਆਂ ਅੱਛਾ ਤੇ ਵੱਡ ਵਡਾਂਗਾ ਵੀ ਹੋਇਆ ਸੀ ਰਾਜ ਹਾਂ ਅੱਛਾ ਇਹ ਕੋਈ ਛੋਟੇ ਜਿਹੇ ਗਾਂ ਚਲੇ ਗਏ ਹਾਂ ਕੁਛ ਡਰਦੇ ਉੱਥੇ ਸਕੂਲੇ ਵੜ ਗਏ ਅੱਛਾ ਸਕੂਲੇ ਵੜ ਗਏ ਮੇਰੀ ਮਾਂ ਵੀ ਵਿੱਚ ਹੀ ਆ ਮੇਰਾ ਭਰਾ ਵੀ ਨਾਲ ਅਤੇ ਉੱਥੇ ਵੜ ਗਏ ਅਤੇ ਆ ਗਏ ਲੈ ਕੇ ਨੇਜੇ ਮਾਰ ਕੇ ਆਪ ਮੁਸਲੇ ਜਾਂਦੇ ਆ ਪਾਕਿਸਤਾਨ ਨੂੰ ਮਾਈਆਂ ਦੇ ਦੁੱਧ ਵੀ ਵੱਢ ਦਿੱਤੇ ਅੱਛਾ ਤੇ ਤੁਸੀਂ ਤੁਹਾਡੇ ਜਿਹੜੇ ਖਾਨਦਾਨ ਦੇ ਲੋਕ ਸੀ ਬੱਚੇ ਬਚ ਬੁਚ ਗਏ ਕਿਸੇ ਨੂੰ ਕੋਈ ਬਚ ਗਏ ਕੋਈ ਆ ਗਏ ਤੋਬਾ ਕਰੀਏ ਕਿ ਮੇਰੇ ਤਾਏ ਦਾ ਸੀਗੇ ਜਵਾਈ ਤੇ ਇੱਥੇ ਬੱਚਾ ਪਿਆ ਹੋਇਆ ਮਾਰ ਕੇ ਸਿੱਟ ਗਏ ਫੋਨ ਦੇ ਵਿੱਚੋਂ ਨੰਗੇ ਆਏ ਅਤੇ ਨਾਲ ਕੇ ਨੰਗੇ ਇੱਦਾਂ ਕੋਈ ਕੋਈ ਕਿਧਰੇ ਜਵਾਬ ਘੁੰਮਦਾ ਫਿਰਦਾ ਸੀ ਕੋਈ ਕਿਧਰੇ ਫਿਰਦਾ ਸੀ ਕਿਸੇ ਦੀ ਬਸ ਗਈ ਕਿਸੇ ਦੀ ਬੰਦਗੀ ਮੇਰਾ ਚਾਚਾ ਜਿਹੜਾ ਸੀ ਨਮਾਜ਼ੀ ਸੀ ਉਹ ਜੀ ਮਸੀਤ 'ਤੇ ਮਾਰ ਦਿੱਤਾ ਸੀ ਨਮਾਜ਼ ਪੜ੍ਹਨ ਗਏ ਉਹਨੂੰ ਉੱਥੇ ਮਾਰਤਾ ਹਾਂ ਬਾਂਗ ਮਾਰ ਦਿੰਦਾ ਸੀਗਾ ਪੜ੍ਹਿਆ ਹੋਇਆ ਹਾਫਜ਼ ਨਾਂ ਕੀ ਸੀ ਉਹਦਾ ਨਾਂ ਉਹਦਾ ਸੀ ਉਮਰਦੀਨ ਮੇਰੇ ਪਿਓ ਦੇ ਨਾਂ ਤਾਏ ਦੇ ਨਾਂ ਸੀ ਕਾਦਰ ਬਖਸ਼ ਮੇਰੇ ਪਿਓ ਦੇ ਨਾਂ ਸੀ ਮੁਹੰਮਦ ਬਖਸ਼ ਉਰਦੂ ਛੋਟੇ ਦੇ ਨਾਂ ਸੀ ਫਜ਼ਲਦੀਨ ਉਰਦੂ ਛੋਟੇ ਦੇ ਨਾਂ ਉਮਰਦੀਨ ਚਾਰ ਭਰਾ ਚਾਰ ਭਰਾ ਸੀ ਅਤੇ ਤਾਇਆ ਉੱਥੇ ਹੀ ਮਾਰਤਾ ਹਾਂ ਹਾਂ ਨਹੀਂ ਇੱਧਰ ਆ ਗਏ ਇੱਥੇ ਆ ਗਏ ਜੀ ਇੱਥੇ ਆਉਂਦੇ ਆ ਰਾਜ ਕਿਤੇ ਜਾਂ ਇੱਥੇ ਆ ਗਏ ਸੀ ਇੱਥੇ ਆ ਗਏ ਸੀ ਪਾਕਿਸਤਾਨ 'ਚ ਜਿਹੜਾ ਸੀਗਾ ਚਾਚਾ ਮੇਰਾ ਉਹ ਕਿਤੇ ਮਸੀਤੀ ਮਾਰ ਰਿਹਾ ਅੱਛਾ ਚਾਚਾ ਉੱਥੇ ਤੇ ਇੱਥੇ ਫਿਰ ਕਿੱਦਾਂ ਆਏ ਕਿੱਥੇ ਪਹੁੰਚੇ ਫਿਰ ਅੱਗੋਂ ਕਿੱਦਾਂ ਇੱਥੇ ਆਏ ਅਸੀਂ ਦੁਨੀਆ ਸਾਰੀ ਆਈ ਹੈ ਨਾ ਅੱਛਾ ਉਹ ਜਿਹੜੀ ਜਗਰਾਮਾ ਦਾ ਸ਼ਹਿਰ ਜਿਹੜਾ ਨਾ ਉਹ ਸਾਰੇ ਦੇ ਫੌਜੀ ਆ ਗਈਆਂ ਨਾ ਗੱਡੀਆਂ ਜਦੋਂ ਉੱਥੋਂ ਕੰਪ ਉੱਠੇ ਆ ਨਾ 2.5 ਮਹੀਨੇ ਆ ਈਦ ਆੜ ਕੇ ਇੱਥੇ ਕੀਤੀ ਜਾਂ ਬਕਰੀਦ ਅੱਛਾ ਪਾਕਿਸਤਾਨ ਦੇ ਵਿੱਚ ਗੱਡੀਆਂ 'ਚ ਫਿਰ ਕੋਈ ਕਿਤੇ ਲੈ ਗਿਆ ਕੋਈ ਕਿਧਰੇ ਚਲਿਆ ਗਿਆ ਕੋਈ ਕਿਧਰੇ ਚਲਿਆ ਗਿਆ ਅੱਛਾ ਤੁਸੀਂ ਫਿਰ ਕਿੱਧਰ ਗਏ ਉੱਥੋਂ ਅਸੀਂ ਅਸੀਂ ਗਏ ਸੀ ਸਿੱਧੇ ਝੰਗ ਮੰਗਿਆਣਾ ਝੰਗ ਮੰਗਿਆਣਾ ਝੰਗ ਨਹੀਂ ਗਏ ਆਪਣੇ ਝੰਗ ਮੰਗਿਆਣਾ ਮੇਰਾ ਪਿਓ ਜਿਹੜਾ ਸੀ ਨਾ ਫੌਜ ਦੇ ਵਿੱਚ ਇਲਾਕਾ ਵੇਖ ਕੇ ਗਿਆ ਸੀਗਾ ਅੱਛਾ 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 ਪਾਣੀ ਚੰਗਾ ਵੀ ਪੀਣ ਨੂੰ ਵਰਖਲਾਬ ਤੇ ਫਿਰ ਉੱਥੇ ਚਲੇ ਗਏ ਉੱਥੇ ਫਿਰ ਅੱਛਾ ਇੱਥੇ ਪੰਜ ਫਿਰ ਕਿੱਦਾਂ ਆਏ ਪੰਜ 'ਚ ਇੱਧਰ ਸਾਡੇ ਤੇ ਕੋਲੇ ਕੋਈ ਨਹੀਂ ਸੀਗਾ ਇੱਧਰ ਰਹਿੰਦੇ ਸੀਗੇ ਮੇਰੇ ਮਾਮੀ ਮਾਸੀਆਂ ਉਹ ਮੇਰੇ ਮਾਮੇ ਜਿਹੜੇ ਨੇ ਫਿਰ ਸ਼ਹਿਰ ਦੇ ਵਿੱਚ ਅਸੀਂ ਵੱਸਦੇ ਸੀਗੇ ਉੱਥੋਂ ਆਖਣ ਲੱਗੇ ਵੀ
ਮੈਂ ਆਖਿਆ ਨੇਕੀ ਵੀ ਨਾਲ ਆ, ਬਦੀ ਵੀ ਨਾਲ ਆ, ਕੋਈ ਹੀਮ ਗੀਮ ਹੋ ਜਾਵੇ, ਭੈਣ ਭਾਈ ਤਾਂ ਕੋਈ ਨੀ, ਕਦੇ ਦਿਲ ਡੁੱਲੇ ਹੋਏ ਸੀਗੇ। ਫਿਰ ਉਹ ਸਾਨੂੰ ਇੱਥੇ ਲੈ ਆਏ, ਹਰਨ ਮਿੰਟ ਦਾ 3 ਚੱਕ ਸੀਗਾ ਉੱਥੇ ਦੇ। ਅੱਛਾ ਅੱਛਾ, ਸਹੀ। ਫਿਰ ਤੁਸੀਂ ਇੱਥੇ ਆ ਗਏ? ਫਿਰ ਉਹਨਾਂ ਦੇ ਕੋਲ ਚ ਏਦਾਂ ਹੀ ਚੁੱਪ ਹੁੰਦੇ ਹੀ ਪੈਂਦੇ ਹੁੰਦੇ ਸੀਗੇ। ਬੋਧੀ ਵਾਲਾ ਤਾਰਾ ਚੜਿਆ ਸੀ ਇਧਰੋਂ। ਤੀਰ ਕਮਾਨਾਂ ਨਾਲ ਲੜਾਈਆਂ ਹੁੰਦੀਆਂ ਸੀ। ਉਹ ਕਿਲੇ ਬਣਾਏ ਸੀਗੇ ਬਾਦਸ਼ਾਹੀਆਂ ਦੇ। ਕਿਲਾ ਤੁਹਾਡੇ ਲਾਗੇ ਹੀ ਸੀ? ਆਹੋ ਸੀਗਾ, ਕਿਲਾ ਕਿਲਾ ਦੂਰ ਹੈ ਸੀ। ਕਦੀ ਗਏ ਸੀ ਕਿਲੇ ਤੇ ਵੀ? ਕਿਲੇ ਦੇ ਉੱਤੇ ਖੇਡਦੇ ਤਾਂ ਅਸੀਂ ਰਹਿੰਦੇ ਸੀਗੇ ਨਾਲ ਹੀ ਸਾਡੇ। ਆਹ ਜਿਹੜੀ ਇੱਧਰ ਆਹ ਸਾਡਾ ਘਰ ਵਾ, ਤੇ ਇੱਧਰ ਮੇਰਾ ਤਾਇਆ ਵਾ, ਉਹਦਾ ਇਸ ਪਾਸੇ ਤਾਇਆ, ਉਹਦੇ ਕਿਲੇ ਦੇ ਨਾਲ ਕਰਕੇ। ਅੱਛਾ, ਤੇ ਉੱਥੇ ਖੇਲਣ ਜਾਂਦੇ ਸੀ? ਹੁਣ ਤੁਹਾਨੂੰ ਉੱਥੇ ਕਿਸੇ ਦਾ ਨਾਂ ਯਾਦ ਨਹੀਂ? ਤੁਹਾਡੀਆਂ ਇੰਨੀਆਂ ਸਹੇਲੀਆਂ ਸੀ ਉੱਥੇ ਖੇਲਣ ਜਾਂਦੇ ਸੀ ਉਹਨਾਂ ਦੇ ਨਾਲ। ਚੇਰ ਕਿੰਨਾ ਚੇਰ ਹੋ ਗਿਆ? ਹਾਂ, ਚੇਰ ਤੇ ਹੋ ਗਿਆ, ਬਹੁਤ ਸਹੇਲੀਆਂ ਆਪਣੀਆਂ ਬਲਾਦੜੀਆਂ ਵੀ ਸਾਰਾ ਕੁਛ ਹੀ ਆਇਆ ਸੀ। ਅੱਛਾ ਅੱਛਾ, ਉਹ ਸਿੱਖ ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸੀ? ਹਾਂ, ਮੁਸਲਮਾਨਾਂ ਦਾ ਮਹੱਲਾ ਸੀ। ਅੱਛਾ ਅੱਛਾ, ਤੇ ਸਿੱਖ ਵੀ ਨਾਲ ਹੀ ਰਹਿੰਦੇ ਹੁੰਦੇ ਸੀ ਉੱਥੇ? ਨਹੀਂ, ਸਿੱਖ ਕੋਈ ਨਹੀਂ ਸੀ ਹੁੰਦਾ, ਤੇ ਮੁਸਲਮਾਨਾਂ ਦੇ ਸੀਗੇ ਸਾਰੇ। ਤੁਹਾਡੇ ਲਾਗੇ ਲਾਗੇ ਮੁਸਲਮਾਨਾਂ ਦੇ ਘਰ ਹੀ ਸੀ? ਜਿਵੇਂ ਗਲੀ ਨਹੀਂ ਬਣੀ ਮਹੱਲਾ, ਵੀ ਜਿਹੜੀ ਸਾਡਾ ਆਦੇ ਨੇ ਸੀਗੇ ਵੀ ਕਿਲੇ ਵਾਲਾ ਖੂਹ। ਕਿਲੇ ਵਾਲਾ ਖੂਹ? ਹਾਂ, ਵੀ ਜੇ ਕਿਸੇ ਨੇ ਵੀ ਜਾਣਾ ਵੀ ਕਿਲੇ ਵਾਲੇ ਖੂਹ ਤੇ, ਬਾਬਾ ਮੋਹਕ ਮਨੀਨ ਦੀ ਖਾਨ ਗਾ ਕਿਲਾ ਮਸ਼ਹੂਰ ਜ਼ਿਆਦਾ ਸੀ। ਅੱਛਾ, ਪੱਕੇ ਮਕਾਨ ਸਾਡੇ ਮੇਰੇ ਬਾਪ ਨੇ ਸੜਕ ਦੇ ਉੱਤੇ ਖੂਹ ਲਾਤਾ ਸੀਗਾ ਬਾਬੇ ਮੋਹਕ ਮਨੀਨ ਦੇ ਕੋਲ, ਪਾਣੀ ਭਰਨ ਨੂੰ ਦੁਨੀਆਂ ਮੱਛੀ ਭਰਦੇ ਸੀ ਨਾ, ਮੇਲਾ ਬੜਾ ਲੱਗਦਾ ਹੁੰਦਾ ਸੀ ਬਾਬੇ ਮੋਹਕ ਮਨੀਨ ਦਾ। ਹਾਂ, ਮੇਲਾ ਬਹੁਤ ਵੱਡਾ ਭਾਰਾ, ਰੋਸ਼ਨੀ ਬੋਲਦੇ ਸੀਗੇ ਰੋਸ਼ਨੀ। ਅੱਛਾ, ਵੀ ਜਿਹਨੇ ਮੰਨਤਾ ਮੰਨੀ ਹੁੰਦੀ ਸੀਗੀ ਉਹਨਾਂ ਨੇ ਆਪਣੇ ਅੰਦਰ ਚੌਂਕੀ ਭਰਨੀ, ਰਾਤ ਨੂੰ ਜਾਗਦੇ ਹੁੰਦੇ ਸੀ। ਮੇਰੇ ਬਾਪ ਨੇ ਬੋਰੀਆਂ ਭਰ ਕੇ ਆਟੇ ਦੀਆਂ ਪਿਆ ਕੇ ਰੱਖਤੀਆਂ, ਤੇ ਆਲੂ ਲਿਆ ਕੇ ਰੱਖ ਦਿੱਤੇ ਸੀ ਪਕਾਉਣੀਆਂ ਰੋਟੀਆਂ, ਤੇ ਖੋਰੀ ਇੱਥੋਂ ਹੇਠਾਂ ਖਿਲਾਰ ਦਿੰਦੇ ਸੀ, ਜਿਹੜੇ ਆਏ ਗਏ ਮਹਿਮਾਨ ਉਹਦੇ ਉੱਤੇ ਬਹਿੰਦੇ ਸੀ ਤੇ ਰੋਟੀ ਪਾਉਂਦੇ। ਬਾਬੇ ਮੋਹਕਮ ਦੇ ਦਰਬਾਰ ਤੇ ਜਿਹੜੇ ਆਉਂਦੇ ਸੀ, ਫਿਰ ਤੁਸੀਂ ਉਹਨਾਂ ਦੀ ਰੋਟੀ ਰੋਟੀ ਪਕਾਉਂਦੇ ਸੀ? ਹਾਂਜੀ। ਅੱਛਾ, ਮੇਰਾ ਪਿਓ ਦੇ ਆ ਪੱਲਿਓ ਬੁਲਾ ਕੇ, ਪੱਲਿਓ ਆਪਣੇ ਬਾਬੇ ਮੋਹਕਮ ਦੇ ਦਰਬਾਰ ਦੇ ਲਾਗੇ ਹੀ ਤੇ ਤੁਹਾਡਾ ਘਰ ਸੀ? ਪੱਕੇ ਮਕਾਨ ਬਣਾ, ਆ ਛੱਡ ਕੇ ਪੱਕੇ, ਐਨਾ ਫਰਕ ਸੀਗਾ ਪਹਿਲੇ ਪਾਸੇ ਸਾਡਾ ਸੀ ਆ ਬਾਬੇ ਦੇ, ਤੇ ਮਕਾਨ ਪੱਕੇ ਬਣਾਏ ਸੀ। ਹਾਂ, ਪੱਕੇ ਦੋ ਮਕਾਨ ਸੀ, ਨਾਲ ਇੰਜ ਕਰਕੇ ਬਰਾਂਡਾ ਸੀ, ਬੇੜਾ ਸੀਗਾ ਐਡਾ ਸਾਰਾ। ਅੱਛਾ, ਤੇ ਉਹ ਸਮਾਨ ਜਦੋਂ ਉੱਥੋਂ ਫਿਰ ਆਉਣ ਲੱਗੇ, ਹਾਂ, ਤੇ ਕੋਈ ਸ਼ੈ ਨਾ ਲੈ ਕੇ ਆਏ? ਸਾਰਾ ਕੁਝ ਚੱਕਣਾ ਕੀ ਸੀਗਾ, ਜਾਨ ਆਪਣੇ ਪਈ ਸੀਗੀ ਚੱਕਣ। ਅੱਛਾ, ਚੱਕਣ ਨੂੰ ਚੱਕਣ ਦਾ ਹੁੰਦਾ ਤਸੱਲਾ ਰੱਟ ਦੀਏ, ਜਾਣਾ ਹੋਵੇ ਇੱਥੇ ਰੱਖੀ ਸੀ ਸਾਂਭਣਾਈ, ਤੇ ਕੋਈ ਸ਼ੈ ਦਿਖਦਾ ਵਾਲੀ ਵੀ ਚੱਕੀ ਗਈ। ਉੱਥੋਂ ਸਾਰਾ ਕੁਝ ਛੱਡ ਕੇ ਆਏ ਸੀ, ਹਾਂ, ਤੇ ਉੱਥੋਂ ਫਿਰ ਦੁੱਖ ਤੇ ਬੜਾ ਹੋਣਾ, ਅੰਮਾ ਵੀ ਰੋਂਦੀ ਹੋਏਗੀ ਤੁਹਾਡੀ, ਹਾਂ, ਤੇ ਵਾਲਦ ਸਾਹਿਬ ਵੀ ਪਰੇਸ਼ਾਨ ਹੋਣਗੇ। ਪਰੇਸ਼ਾਨ ਹੀ ਹੋਣਾ, ਦੁਨੀਆ ਦਾ ਨਾਂ ਜੋ ਸੀਗਾ, ਜੋ ਦੁਨੀਆ ਉਹ ਸਿੱਖ ਜਿਹੜੇ ਸੀਗੇ ਨਾ, ਉਹ ਭੱਜੇ ਫਿਰਦੇ ਸੀਗੇ, ਭੱਜੇ ਮਾਰਦੇ ਸੀਗੇ, ਅੱਜ ਤਲਵਾਰ ਅਜੀ ਜਾਂਦੇ ਸੀ, ਮਾਰੀ ਜਾਂਦੇ ਸੀ ਰਾਜ, ਤੇ ਜਿਹੜੇ ਬੱਚੇ ਸੀਗੇ ਉਹ ਵੀ ਮਾਰ ਕੇ ਮੁਸਲੇ ਜਾਂਦੇ ਪਾਕਿਸਤਾਨ, ਨੇਜਾ ਮਾਰ ਕੇ ਇਦਾਂ ਉੱਤੇ ਟੰਗ ਦਿੰਦੇ ਸੀ। ਫਿਰ ਵੇਖ ਕੇ ਤੁਹਾਨੂੰ ਰੋਣ ਨਹੀਂ ਆਉਂਦਾ ਸੀ? ਇੰਨਾ ਫੌਜੀ, ਫਿਰ ਜਿਹਨਾਂ ਨੂੰ ਪਤਾ ਲੱਗਦਾ ਸੀ ਨਾ ਫੌਜ ਉਹਨਾਂ ਕੋਲ ਤੋਪਾਂ ਹੁੰਦੀਆਂ ਸੀਗੀਆਂ, ਸਾਰਾ ਕੁਛ ਫੌਜਾਂ ਵੀ ਬਲੋਚਿਸਤਾਨ ਆਲ ਪਾਕਿਸਤਾਨ ਦੀਆਂ ਫੌਜਾਂ ਆ ਗਈਆਂ। ਉੱਥੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀ ਕਿਸੇ ਨੂੰ ਮਾਰਿਆ? ਆਪਣੇ
ਤੇ ਦੱਸੀ ਜਾਂਦੇ ਹੈਗੇ ਆ ਵੀ ਜਿਹੜੀ ਐਸੀ ਗਾਂ ਹੋ ਗਈ ਦੁਨੀਆ ਮੈਂ ਆਪਣੀ ਜਾਨ ਲਗਾਉਣੀ ਆ ਤੇ ਦੀਆਂ ਪੁੱਤਰ ਜਿਹੜੇ ਆ ਉਹ ਸਿੱਟ ਕੇ ਭੱਜ ਗਈ ਅੱਛਾ ਸੋਚਣਾ ਕੀ ਆ ਉਹ ਵੇਦਰ ਆ ਗਏ ਤੇ ਜਿਹੜੀ ਤੀਆਂ ਭੈਣਾਂ ਸੀ ਜਵਾਨਾਂ ਉਹਨਾਂ ਨੇ ਨਹਿਰਾਂ ਦੇ ਵਿੱਚ ਵੀ ਛਾਲਾਂ ਮਾਰੀਆਂ ਉਹ ਖੂਹਾਂ ਦੇ ਵਿੱਚ ਵੀ ਮਾਰੀਆਂ ਅੱਛਾ ਤੁਹਾਡੇ ਵੀ ਵਾਲਦੇ ਨਾਲ ਸੀ ਪਰੇਸ਼ਾਨ ਤੇ ਬੜੇ ਹੋਣੇ ਆ ਉਹ ਆਪਣੇ ਜਾਨ ਪਹਿਚਾਨਾ ਉੱਥੇ ਕੀ ਪਰੇਸ਼ਾਨੀ ਤੋਂ ਵੀ ਅੱਗੇ ਕੰਮ ਸੀ ਆਪਣੀ ਜਾਨ ਬਚਾਉਣ ਵਾਲੀ ਯਾਰ ਯਾਰ ਨਹੀਂ ਪੈਸੇ ਮੈਂ ਕਹਿੰਦੀ ਮੇਰੀ ਜਾਨ ਬਚ ਜੇ ਜਿੱਥੇ ਅੱਗ ਬਰਦੀ ਦੇ ਵਿੱਚ ਹੈ ਉੱਥੇ ਆਪਣੀ ਜਾਨ ਨਹੀਂ ਪਈ ਆ ਤੇਰੀ ਵੀ ਜਾਨ ਨਹੀਂ ਮੈਨੂੰ ਕੀ ਹੋਈ ਨਾ ਢਿੱਡ ਦੀਦਾ ਨਾ ਧੀਆਂ ਦੀ ਨਾ ਪੁੱਤ ਦੀ ਆਪੋ ਆਪਣੀ ਨਫਸੋ ਨਫਸੀ ਨਾਜ਼ਰੀਨ ਤੁਸੀਂ ਵੇਖਿਆ ਅੰਮਾ ਜੀ ਹੋਰਾਂ ਦੀਆਂ ਗੱਲਾਂ ਸੁਣੀਆਂ ਕਿੱਡੇ ਮੁਸ਼ਕਿਲ ਹਾਲਾਤ ਅਤੇ ਕਿੱਡੇ ਔਖੇ ਹੋ ਕੇ ਉੱਥੋਂ ਆਏ ਕਿ ਰਸਤੇ ਦੇ ਵਿੱਚ ਲੋਕਾਂ ਨੇ ਇਹ ਹਾਲਾਤ ਬਣਾਏ ਹੋਏ ਸੀ ਕਿ ਮਾਂ ਆਪਣੀ ਸਕੀ ਔਲਾਦ ਨੂੰ ਛੱਡ ਕੇ ਜਾ ਰਹੀ ਸੀ ਔਰ ਮਾਂ ਆਪਣੀ ਬੇਟੀਆਂ ਆਪਣੇ ਪੁੱਤ ਆਪਣੇ ਪੁੱਤਰ ਉੱਥੇ ਰਸਤੇ 'ਚ ਫੈਂਕ ਕੇ ਆ ਰਹੇ ਸੀ ਔਰ ਰਸਤੇ ਦੇ ਵਿੱਚ ਵੱਢ ਰਹੇ ਸਨ ਟੁੱਕ ਰਹੇ ਸਨ ਇਹਨਾਂ ਹਾਲਾਤ ਦੇ ਵਿੱਚੋਂ ਗੁਜ਼ਰ ਕੇ ਹਿਜਰਤ ਕਰਕੇ ਆਏ ਔਰ ਇਹ ਇਹਨਾਂ ਲੋਕਾਂ ਦਾ ਅਜ਼ੀਮ ਲੋਕ ਸਨ ਇਹ ਇਹਨਾਂ ਦਾ ਬੜਾ ਜਿਗਰਾ ਸੀ ਇਹਨਾਂ ਨੇ ਇਹ ਹਾਲਾਤ ਵੇਖੇ ਔਰ ਇਹਨਾਂ ਹਾਲਾਤ ਵਿੱਚੋਂ ਗੁਜ਼ਰ ਕੇ ਇੱਧਰ ਆਏ ਅੱਜ ਇਹ ਸਾਡੇ ਵਾਸਤੇ ਜਿਹੜਾ ਇਹ ਨਸੀਹਤ ਹੈ ਕਿ ਵੇਖੋ ਇਹ ਲੋਕ ਕਿੱਡੇ ਅਜ਼ੀਮ ਲੋਕ ਨੇ ਔਰ ਇਹਨਾਂ ਦੀ ਸਾਨੂੰ ਕਦਰ ਵੀ ਕਰਨੀ ਚਾਹੀਦੀ ਹੈ ਕਿ ਇਹਨਾਂ ਨੇ ਇਸ ਹਿਜਰਤ ਦੇ ਵਿੱਚ ਇਵੇਂ ਦੇ ਦੁੱਖ ਵੇਖੇ ਕਿ ਬੰਦੇ ਦੀ ਰੂਹ ਕੰਬ ਜਾਂਦੀ ਹੈ ਇਵੇਂ ਦੇ ਹਾਲਾਤ ਵੇਖ ਕੇ ਨਾਜ਼ਰੀਨ ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜ਼ਮ ਅਤੇ ਹੈਦਰ ਅਲੀ ਦਰਵੇਸ਼ ਦੇ ਨਾਲ ਇਜਾਜ਼ਤ ਚਾਹਵਾਂਗਾ ਰੱਬ ਰਾਖਾ